ਤਸਵੀਰਾਂ ਨੇ ਜਿਹੜੀਆਂ ਤਾਂ ਪਿੰਡ ਮਾਜੀ ਤੋਂ ਦਿਖਾ ਰਹੇ ਹਾਂ ਜਿੱਥੇ ਕਰਨੈਲ ਸਿੰਘ ਦੇ ਪਰਿਵਾਰ ਨੂੰ ਸਰਪੰਚੀ ਦਾ ਤਾਜ ਹੈ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਸਜਾਇਆ ਗਿਆ ਤਾਂ ਜਿਹੜੀ ਕੱਲ੍ਹ ਜੋ ਹੋਣ ਵਾਲੀ ਪੰਚਾਇਤੀ ਚੋਣਾਂ ਦੇ ਵਿੱਚ ਕਰਨੈਲ ਸਿੰਘ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਜਿਤਾ ਕੇ ਸਰਪੰਚੀ ਦਾ ਤਾਜ ਹੈ ਜਿਹੜਾ ਸੌਂਪਿਆ ਤਾਂ ਜ਼ਿੰਮੇਵਾਰੀ ਜਿਹੜੀ ਦਿੱਤੀ ਹੈ ਸਰਪੰਚੀ ਦੀ ਤਾਂ ਇਸ ਨੂੰ ਲੈ ਕੇ ਪਿੰਡ ਦਾ ਜਿਹੜਾ ਮਾਹੌਲ ਵੀ ਤੁਸੀਂ ਦੇਖ ਸਕਦੇ ਹੋ ਤਾਂ ਖੁਸ਼ੀ ਦੀ ਲਹਿਰ ਹੈ ਜਿਹੜੀ ਨਜ਼ਰ ਆ ਰਹੀ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਭੰਗੜੇ ਪਾਏ ਜਾ ਰਹੇ ਨੇ ਸਰਪੰਚੀ ਦੀ ਜਿੱਤ ਹੋਣ ਤੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਪਿੰਡ ਦੇ ਵਿੱਚ ਲੋਕਾਂ ਦਾ ਧੰਨਵਾਦੀ ਦੌਰਾ ਵੀ ਕੀਤਾ ਗਿਆ ਅਤੇ ਗੁਰੂ ਘਰ ਅਤੇ ਵੱਖ-ਵੱਖ ਥਾਵਾਂ ਤੇ ਨਮਸਤਕ ਵੀ ਹੋਏ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਤਾਂ ਜਿਹੜੀ ਖੁਸ਼ੀ ਹੈ ਪਿੰਡ ਵਾਸੀਆਂ ਦੀ ਤਾਂ ਉਹ ਵੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਲੈ ਚੱਲਦੇ ਆ ਤੁਹਾਨੂੰ ਦੇਖ ਸਕਦੇ ਹੋ ਤਾਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਕਰਨੈਲ ਸਿੰਘ ਦੇ ਪਤਨੀ ਜਸਵਿੰਦਰ ਕੌਰ ਦਾ ਜੋ ਸਰਪੰਚ ਬਣੇ ਨੇ ਤਾਂ ਕਰਨੈਲ ਸਿੰਘ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਵੋਟਾਂ ਪਾ ਕੇ ਜਿਤਾ ਕੇ ਪਿੰਡ ਦਾ ਜਿਹੜਾ ਮੋਹਰਾ ਬਣਾਇਆ ਸਰਪੰਚ ਬਣਾਇਆ ਗਿਆ ਤਾਂ ਜਿਹੜਾ ਗੁਰੂ ਘਰ ਨਮਸਤਕ ਹੋਏ ਨੇ ਤਾਂ ਉੱਥੇ ਹੀ ਲੈ ਚੱਲਦੇ ਆ ਕੀ ਕਹਿਣਾ ਪਿੰਡ ਵਾਸੀਆਂ ਦਾ ਤੇ ਕੀ ਕਹਿਣਾ ਸਰਪੰਚ ਦਾ ਤਾਂ ਪਿੰਡ ਮਾਜੀ ਦੇ ਲੋਕਾਂ ਨੇ ਆਪਣੇ ਪਿੰਡ ਦਾ ਸਰਪੰਚ ਹੈ ਤਾਂ ਜਿਹੜਾ ਚੁਣ ਲਿਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਰਨੈਲ ਸਿੰਘ ਦੇ ਸਿਰ ਜਿਹੜਾ ਸਰਪੰਚੀ ਦਾ ਤਾਜ ਹੈ ਤਾਂ ਉਹ ਸਜਾਇਆ ਗਿਆ ਮਾਜੀ ਦੇ ਵਾਸੀਆਂ ਨੇ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਰਨੈਲ ਸਿੰਘ ਦੇ ਪਰਿਵਾਰ ਨੂੰ ਜਿਹੜੀ ਸਰਪੰਚੀ ਮਿਲੀ ਮੇਰੇ ਨਾਲ ਕਰਨੈਲ ਸਿੰਘ ਮੌਜੂਦ ਨੇ ਕਰਨੈਲ ਜੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਕੀ ਕਹਿਣਾ ਚਾਹੋ ਬਹੁਤ ਵਧੀਆ ਬਹੁਤ ਬਹੁਤ ਪੱਤਰਕਾਰ ਸਾਹਿਬ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਲੋਕਾਂ ਨੇ ਤੇ ਬਹੁਤ 450 ਵੋਟ ਤੇ ਜਿੱਤ ਪ੍ਰਾਪਤ ਕਰੀ ਹੈ ਕਿਵੇਂ ਦੇਖਦੇ ਹੋ ਐਡੀ ਵੱਡੀ ਜਿੱਤ ਮਿਲਣਾ ਕਿਉਂਕਿ ਪਿੰਡਾਂ ਦੇ ਵਿੱਚ ਆਪਸੀ ਮਾਹੌਲ ਹੁੰਦਾ ਪਰ ਫਿਰ ਵੀ ਲੋਕਾਂ ਦਾ ਐਡਾ 447 ਵੋਟਾਂ ਤੇ ਪੱਤਰਕਾਰ ਸਾਹਿਬ ਜਿੱਤ ਪ੍ਰਾਪਤ ਕਰੀ ਹੈ ਇਹ ਲੋਕਾਂ ਨੇ ਐਡਾ ਮਾਨ ਤੇ ਮਾਨ ਸਤਿਕਾਰ ਬਖਸ਼ਿਆ ਤਾਂ ਕਿਹੜੇ ਕਿਹੜੇ ਕੰਮ ਹੈ ਜਿਹੜੇ ਪਹਿਲ ਦੇ ਆਧਾਰ ਤੇ ਕਈ ਗੱਲਾਂ ਕਰਾਂ ਜਿਵੇਂ ਮਤਲਬ ਕਿ ਮਿੰਨੀ ਪੈਲਸ ਹੈ ਪੱਤਰਕਾਰ ਸਾਹਿਬ ਤੇ ਗਲੀਆਂ ਨਾਲੀਆਂ ਦੇ ਲਵੇ ਟੈਲਾਂ ਇੱਟਾਂ ਨੇ ਜੀ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਜੀ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਕਰਨੈਲ ਸਿੰਘ ਦੇ ਪਰਿਵਾਰ ਨੂੰ ਜਿਹੜੀ ਸਰਪੰਚੀ ਦਿੱਤੀ ਹੈ ਤਾਂ ਜਸਵਿੰਦਰ ਕੌਰ ਨੇ ਜਿਹੜੇ ਤਾਂ ਪਿੰਡ ਦੇ ਸਰਪੰਚ ਬਣੇ ਨੇ ਤਾਂ ਮੇਰੇ ਨਾਲ ਮੈਡਮ ਵੀ ਮੌਜੂਦ ਨੇ ਮੈਡਮ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਕਿਹੜੇ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕੰਮ ਸਾਰੇ ਪਿੰਡ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਨੇ ਜੋ ਕਿ ਪਿੰਡ ਪਾਛੜਿਆ ਹੋਇਆ ਉਹਨੂੰ ਉੱਚੇ ਪੱਧਰ ਤੇ ਲੈ ਕੇ ਜਾਣਾ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਦੀ ਸ਼ੁਰੂਆਤ ਹੈ ਜਿਹੜੀ ਪਹਿਲੇ ਕੰਮ ਤੇ ਗਰੀਬਾਂ ਦੀ ਸਹਾਇਤਾ ਕਰਨੀ ਆਪਣੇ ਮਿੰਨੀ ਪੈਲਸ ਵਗੈਰਾ ਹੋਰ ਉੱਚੇ ਪੱਧਰ ਤੇ ਉੱਠ ਕੇ ਗਰਾਊਂਡ ਖੇਡ ਗਰਾਊਂਡ ਸਾਰੇ ਉੱਚੇ ਪੱਧਰ ਤੇ ਲੈ ਕੇ ਜਾਣਾ ਲੋਕਾਂ ਨੇ ਵੱਡਾ ਫਤਵਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਲਦੀ ਕੰਮ ਦੀ ਸ਼ੁਰੂਆਤ ਵੀ ਹੋਵੇਗੀ ਤਾਂ ਲੋਕਾਂ ਦੇ ਵਿੱਚ ਖੁਸ਼ੀ ਵੀ ਦੇਖ ਸਕਦੇ ਹੋ ਤੁਹਾਨੂੰ ਦੁਬਾਰਾ ਜਿਹੜੀਆਂ ਤਸਵੀਰਾਂ ਨੇ ਤਾਂ ਇਹ ਮਾਝੀ ਦੀਆਂ ਦਿਖਾ ਰਹੇ ਹਾਂ ਤਾਂ ਲੋਕਾਂ ਨੇ ਸਰਪੰਚੀ ਦਾ ਤਾਜ ਹੈ ਤਾਂ ਜਿਹੜਾ ਕਰਨੈਲ ਸਿੰਘ ਦੇ ਪਰਿਵਾਰ ਦੇ ਸਿਰ ਸਜਾ ਦਿੱਤਾ ਤਾਂ ਹੋਰ ਵੀ ਲੋਕ ਮੌਜੂਦ ਨੇ ਕੀ ਕਹਿਣਾ ਚਾਹੋਗੇ ਕਰਨੈਲ ਸਿੰਘ ਸਰਪੰਚ ਬਣੇ ਨੇ ਕਰਨੈਲ ਜੀ ਕੀ ਕਹਿਣਾ ਚਾਹੋਗੇ ਕਰਨੈਲ ਜੀ ਸਰਪੰਚ ਬਣੇ ਨੇ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ ਜੀ ਬਹੁਤ ਜ਼ਿਆਦਾ ਜੀ ਇਹਦਾ ਪਿੰਡ ਦਾ ਵਿਕਾਸ ਹੋਣਾ ਬਹੁਤ ਜ਼ਿਆਦਾ ਵਿਕਾਸ ਹੋਣਾ ਜੀ ਹੁਣ ਤਾਂ ਜੀ ਬਹੁਤ ਜ਼ਿਆਦਾ ਬਾਬੇ ਨਾਨਕ ਦੀ ਕਿਰਪਾ ਹੋ ਗਈ ਬਹੁਤ ਜ਼ਿਆਦਾ ਤਾਂ ਕੀ ਕਹਿਣਾ ਚਾਹੋਗੇ ਵੀਰੇ ਸਰਪੰਚ ਸਾਹਿਬ ਬਣ ਗਏ ਨੇ ਠੀਕ ਹੈ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਬਹੁਤ ਧੰਨਵਾਦ ਸਾਰੀ ਸੰਗਤ ਦਾ ਕਰਦੇ ਹਾਂ ਜੀ ਬਹੁਤ ਤਾਂ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਜਿਹੜੀ ਨਜ਼ਰ ਆਉਂਦੀ ਹੈ ਪਰ ਇੱਕ ਵੱਡੀ ਜਿੱਤ ਹੈ ਜਿਹੜੀ ਕਰਨੈਲ ਸਿੰਘ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਦਿੱਤੀ ਹੈ ਤਾਂ ਤਕਰੀਬਨ ਗੱਲਬਾਤ ਵੀ ਕੀਤੀ ਹੈ ਕਿ 450 ਵੋਟਾਂ ਦੇ ਕਰੀਬ ਜਿਹੜੀਆਂ ਵੋਟਾਂ ਨਾਲ ਜਿਤਾ ਕੇ ਫਰਕ ਨਾਲ ਜਿਤਾ ਕੇ ਜਿਹੜੀ ਜਿੱਤ ਹਾਸਲ ਕਰਵਾਈ ਹੈ ਮਾਲਵਾ ਟੀਵੀ ਦੇ ਲਈ ਮਾਝੀ ਤੋਂ ਰੁਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ